ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਦੇ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ, ਜਿਨ੍ਹਾਂ ਦਾ ਜਿਹੜੇ ਪਰਿਵਾਰਾਂ ਦਾ ਹੜ੍ਹਾਂ ਦੇ ਕਰਕੇ ਨੁਕਸਾਨ ਹੋਇਆ, ਸੋ ਉਹਨਾਂ ਪਰਿਵਾਰਾਂ ਦੇ ਲਈ ਜੋ ਸੇਵਾਵਾਂ ਪਿਛਲੇ 2 ਮਹੀਨੇ ਤੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਚਲਾਈਆਂ ਜਾ ਰਹੀਆਂ, ਉਸ ਦੇ ਵਿੱਚ ਕੁਲੈਕਟਿਵਲੀ ਜਿਹੜੇ ਪ੍ਰੋਜੈਕਟਸ ਅਸੀਂ ਟਾਈਮ ਟੂ ਟਾਈਮ ਅਪਡੇਟ ਕਰ ਰਹੇ ਹਾਂ ਸੰਗਤਾਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ, ਜਾਂ ਤੁਸੀਂ ਅਖਬਾਰਾਂ ਜਾਂ TV ਚੈਨਲਸ ਦੇ ਉੱਤੇ ਵੀ ਹਰ ਇੱਕ ਅਪਡੇਟ ਖਾਲਸਾ ਏਡ ਦਾ ਦੇਖ ਰਹੇ ਹੋ। ਅਤੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਪ੍ਰੋਜੈਕਟ ਚਲਾਏ ਜਾ ਰਹੇ ਨੇ, ਜਿੱਥੇ ਪਰਿਵਾਰਾਂ ਦਾ, ਜਿਨ੍ਹਾਂ ਦਾ ਰੁਜ਼ਗਾਰ ਪਸ਼ੂਆਂ ਦੇ ਸਿਰ 'ਤੇ ਸੀਗਾ, ਉਹਨਾਂ ਦੇ ਪਸ਼ੂ ਜਿਹੜੇ ਹੜ੍ਹਾਂ ਦੇ ਕਰਕੇ ਮਰ ਗਏ, ਉਹਨਾਂ ਨੂੰ ਇੱਕ ਇੱਕ ਦੁਧਾਰੂ ਪਸ਼ੂ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਪਹੁੰਚਾਇਆ ਗਿਆ ਉਹਨਾਂ ਦੇ ਘਰਾਂ ਦੇ ਵਿੱਚ, ਤਾਂ ਜੋ ਉਹ ਦੁੱਧ ਵੇਚ ਕੇ ਦੁਬਾਰਾ ਗੁਜ਼ਾਰਾ ਕਰ ਸਕਣ। ਉੱਥੇ ਕੋਆਪਰੇਟਿਵ ਸੁਸਾਇਟੀਜ਼ ਦੇ ਨਾਲ ਮਿਲ ਕੇ ਜਿਹੜੇ ਟਰੈਕਟਰ ਜਾਂ ਹੋਰ ਖੇਤੀਬਾੜੀ ਸੰਦ ਉਹ ਮੁਹੱਈਆ ਕਰਵਾਏ ਜਾ ਰਹੇ ਨੇ। ਅਤੇ ਨਾਲ ਹੀ ਖਾਲਸਾ ਏਡ ਦੇ ਵੱਲੋਂ ਇਸ ਟਾਈਮ ਜਿਹੜਾ ਸਾਈਮਲਟੇਨੀਅਸਲੀ ਸਾਡਾ ਪ੍ਰੋਜੈਕਟ ਹੈ ਜਿਹੜਾ ਦੁਆਬੇ ਏਰੀਆ ਦੇ ਵਿੱਚ ਸ਼ੁਰੂ ਹੋ ਚੁੱਕਿਆ। ਤਕਰੀਬਨ ਹੁਣ ਤੱਕ 7 ਤੋਂ 8 ਹਜ਼ਾਰ ਜਿਹੜੇ ਗੱਟੇ ਨੇ 50-50 ਕਿਲੋ ਦੇ DAP ਖਾਦ ਦੇ, ਉਹ ਅਸੀਂ ਘਰ ਘਰ ਪਹੁੰਚਾ ਰਹੇ ਹਾਂ, ਤਾਂ ਜੋ ਕਿਸਾਨ ਵੀਰ ਆਪਣੀ ਜਿਹੜੀ ਅਗਲੀ ਫਸਲ ਹੈ ਉਹ ਬੀਜ ਸਕਣ। ਅਤੇ ਖਾਦ ਜਿਹੜੀ ਬਹੁਤ ਮਹਿੰਗੀ ਹੁੰਦੀ ਹੈ DAP, ਸੋ ਉਹ ਪਰ ਏਕੜ 50 ਕਿਲੋ ਜਿਹੜੀ ਹੈ ਕਿ ਉਹ ਮੁਹੱਈਆ ਜਿਹੜੀ ਕਰਵਾਈ ਜਾ ਰਹੀ ਹੈ। ਇਸ ਟਾਈਮ ਕਈ ਕੇਸ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਇੰਡੀਵਿਜੁਅਲ, ਜਿਨ੍ਹਾਂ ਦੀ ਡਿਫਰੈਂਟ ਹੀ ਸਟੋਰੀ ਹੁੰਦੀ ਆ, ਉਹਨਾਂ ਦਾ ਨੁਕਸਾਨ ਵੀ ਹੋਇਆ ਹੁੰਦਾ, ਬਟ ਉਹ ਪਤਾ ਹੀ ਨਹੀਂ ਲੱਗ ਪਾਉਂਦਾ ਕਿ ਉਹਨਾਂ ਦਾ ਨੁਕਸਾਨ ਹੈ। ਜਿਵੇਂ ਮੈਂ ਕੱਲ੍ਹ ਹੀ ਇੱਕ ਇੰਟਰਵਿਊ ਦੇ ਵਿੱਚ ਗੱਲ ਕਰ ਰਿਹਾ ਸੀਗਾ ਕਿ ਕੁਛ ਪਰਿਵਾਰ ਸਾਨੂੰ ਇਹੋ ਜਿਹੇ ਮਿਲੇ ਕਿ ਜਿਨ੍ਹਾਂ ਦਾ ਵਿਆਹ ਰੱਖਿਆ ਹੋਇਆ ਸੀ ਘਰਾਂ ਦੇ ਵਿੱਚ, ਅਤੇ ਉਹਨਾਂ ਦਾ ਸਮਾਨ ਉਹਨਾਂ ਨੇ ਦਾਜ ਦੇ ਲਈ ਇਕੱਠਾ ਕਰਕੇ ਰੱਖਿਆ ਸੀ ਆਪਣੀ ਬੇਟੀ ਲਈ, ਅਤੇ ਹੜ੍ਹਾਂ ਦੇ ਕਰਕੇ, ਪਾਣੀ ਆਉਣ ਕਰਕੇ ਸਾਰਾ ਉਹ ਸਮਾਨ ਦਾ ਵੀ ਨੁਕਸਾਨ ਹੋ ਗਿਆ। ਸੋ ਹੁਣ ਤੱਕ ਤਕਰੀਬਨ 5-7 ਪਰਿਵਾਰਾਂ ਦਾ ਜਿਹੜਾ ਪ੍ਰੋਜੈਕਟ ਹੈ, ਇਹ ਵਿਆਹ ਸ਼ਾਦੀਆਂ ਦੀ ਸਪੋਰਟ ਆ, ਉਹ ਚਲਾਈ ਜਾ ਰਹੀ ਹੈ। ਖਾਲਸਾ ਏਡ ਦੇ ਵੱਲੋਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਆਹ ਵੀਰਵਰੀ ਵੀ ਖੜ੍ਹੇ ਨੇ, ਆਹ ਪਿੱਛੇ ਤੁਸੀਂ ਡੱਬੇ ਦੇਖੇ ਨੇ, ਇਹ ਡੱਬੇ ਕੁਛ ਪਰਿਵਾਰ ਇਹੋ ਜਿਹੇ ਸਾਨੂੰ ਪਤਾ ਲੱਗੇ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਜਿਹੜਾ ਕਾਰੋਬਾਰ ਸੀ, ਰੁਜ਼ਗਾਰ ਸੀ, ਉਹ ਸਿਰਫ ਅਤੇ ਸਿਰਫ ਮਧੂ ਮੱਖੀਆਂ ਦਾ ਸ਼ਹਿਦ ਇਕੱਠਾ ਕਰਕੇ, ਉਸ ਤੋਂ ਬਾਅਦ ਇਹ ਆਪਣਾ ਜਿਹੜਾ ਇਹ ਵੇਚ ਕੇ ਸ਼ਹਿਦ ਨੂੰ, ਅਤੇ ਆਪਣਾ ਜਿਹੜਾ ਇਹਨਾਂ ਦਾ ਇਹ ਸਰਕਲ ਚੱਲਦਾ ਸੀ, ਰੁਜ਼ਗਾਰ ਸੀ। ਸੋ ਜਦੋਂ ਪਾਣੀ ਨੇ ਮਾਰ ਕੀਤੀ ਤਾਂ ਇਹਨਾਂ ਦੇ ਜਿਹੜੇ ਆ ਲੱਕੜ ਦੇ ਡੱਬੇ ਹੁੰਦੇ ਨੇ, ਸਾਰੇ ਡੱਬੇ ਪਾਣੀ ਦੇ ਨਾਲ ਹੜ ਗਏ, ਅਤੇ ਦੁਆਰ ਤੋਂ ਇਹਨਾਂ ਨੂੰ ਸਟੈਂਡ ਕਰਨ ਦੇ ਲਈ ਸਾਡੇ ਵੱਲੋਂ, ਟੀਮ ਵੱਲੋਂ ਫੈਸਲਾ ਲਿਆ ਗਿਆ ਕਿ ਅਸੀਂ ਜਿਹੜੇ ਮਧੂ ਮੱਖੀਆਂ ਦੇ ਡੱਬੇ ਨੇ, ਅਸੀਂ ਉਹ ਮੁਹੱਈਆ ਕਰਵਾਏ ਜਾਣ ਇਹਨਾਂ ਨੂੰ, ਤਾਂ ਜੋ ਦੁਬਾਰਾ ਸ਼ਾਇਦ ਇਹਨਾਂ ਦਾ ਨੁਕਸਾਨ ਬਹੁਤ ਵੱਡੇ ਲੈਵਲ ਦਾ ਹੋਇਆ, ਕਿਉਂਕਿ ਬਹੁਤ ਕੀਮਤੀ ਮੱਖੀ ਹੁੰਦੀ ਹੈ ਅਤੇ ਬਹੁਤ ਹੀ ਮਹਿੰਗਾ ਇਹ ਜਿਹੜਾ ਬਕਸਾ ਮਿਲਦਾ, ਅਤੇ ਸ਼ਾਇਦ ਅਸੀਂ ਪੂਰਾ ਨਾ ਕਰ ਸਕੀਏ, ਪਰ ਕੁਛ ਪਰਸੈਂਟੇਜ ਅਸੀਂ ਫਿਕਸ ਕੀਤੀ, ਅਤੇ ਉਸ ਦੇ ਹਿਸਾਬ ਸਿਰ ਅੱਜ ਅਸੀਂ ਇਹਨਾਂ ਪਰਿਵਾਰਾਂ ਦੇ ਲਈ ਇਹ ਮਧੂ ਮੱਖੀਆਂ ਦੇ ਜਿਹੜੇ ਆ ਡੱਬੇ ਨੇ, ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਟਾਈਮ ਅੱਜ ਪਰਿਵਾਰਾਂ ਨੂੰ ਜਿਹੜੇ ਇਸ ਚੀਜ਼ ਦਾ ਬਿਜ਼ਨਸ ਕਰਦੇ ਸੀ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ। ਸੋ ਜ਼ਿਆਦਾ ਬੈਟਰ ਹੈ, ਕਿਉਂਕਿ ਇਹ ਇੱਕ ਡਿਫਰੈਂਟ ਟਾਈਪ ਦਾ ਬਿਜ਼ਨਸ ਹੈ, ਸਾਨੂੰ ਵੀ ਇਹਦੇ ਬਾਰੇ ਪ੍ਰੋਪਰਲੀ ਜਾਣਕਾਰੀ ਨਹੀਂ ਸੀ ਕਿ ਕਿਵੇਂ ਇਹ ਇਹਨਾਂ ਦਾ ਕਾਰੋਬਾਰ ਚੱਲਦਾ ਹੈ, ਕਿਵੇਂ ਸ਼ਹਿਦ ਇਕੱਠਾ ਕਰਨ ਅਲੱਗ ਅਲੱਗ ਥਾਵਾਂ 'ਤੇ ਜਾਂਦੇ ਨੇ, ਅਤੇ ਕੀ ਕੋਸਟਿੰਗ ਇਹਦੀ ਆਉਂਦੀ ਹੈ, ਮੱਖੀ ਕਿਵੇਂ ਸ਼ਹਿਦ ਇਕੱਠਾ ਕਰਦੀ। ਸੋ ਆਹ ਪਰਿਵਾਰ ਨਾਲ ਖੜ੍ਹੇ ਨੇ, ਮੈਂ ਚਾਹੁੰਦਾ ਕਿ ਤੁਸੀਂ ਭਾਅ ਜੀ ਆਪ ਥੋੜ੍ਹਾ ਜਿਹਾ ਸੰਗਤਾਂ ਨੂੰ ਦੱਸੋ, ਕਿਉਂਕਿ ਇਹ ਜਿਹੜਾ ਸਾਰਾ ਕਾਰਜ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦਾ, ਕੋਈ ਕਿੱਥੋਂ ਬੈਠਾ ਦਸਵੰਧ ਭੇਜਦਾ, ਕੋਈ ਕਿੱਥੋਂ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ
ਉਸ ਪਰਿਵਾਰਾਂ ਤੱਕ ਪਹੁੰਚ ਕਰ ਸਕੇ ਕਿ ਜਿਨ੍ਹਾਂ ਦਾ ਵਾਕਿਆਂ ਦੇ ਵਿੱਚ ਹੀ ਨੁਕਸਾਨ ਹੋਇਆ। ਸੋ ਤੁਹਾਡਾ ਕਿਵੇਂ ਨੁਕਸਾਨ ਹੋਇਆ, ਕਿੱਥੇ ਡੱਬੇ ਪਏ ਸੀ ਅਤੇ ਕਿਵੇਂ ਮੱਖੀਆਂ ਜਾਂ ਕਿੱਦਾਂ ਤੁਸੀਂ ਬਿਜ਼ਨਸ ਕਰਦੇ ਹੋ ਉਸਦੇ ਬਾਰੇ ਥੋੜ੍ਹਾ ਜਿਹਾ ਐਕਸਪਲੇਨ ਕਰੋ, ਤਾਂ ਫਿਰ ਉਸ ਤੋਂ ਬਾਅਦ ਆਪਾਂ ਡੱਬੇ ਦਾ ਵੀ ਦੇਖਦੇ ਹਾਂ ਕਿਵੇਂ। ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 1995 ਤੋਂ ਸ਼ਹਿਰ ਦੀਆਂ ਮੱਖੀਆਂ ਦਾ ਕੰਮ ਕਰ ਰਹੇ ਹਾਂ, ਮਾਈਗ੍ਰੇਟਰੀ ਬੀ ਕੀਪਿੰਗ ਕਰਦੇ ਹਾਂ ਅਸੀਂ। ਜਿੱਥੇ ਫਲੋਰਾ ਸਾਨੂੰ ਮਿਲਦਾ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਯੂਪੀ, MP ਕਿਤੇ ਵੀ ਮਿਲੇ, ਅਸੀਂ ਉਸ ਫੁੱਲ ਦੇ ਥਾਂ 'ਤੇ ਜਾਂਦੇ ਹਾਂ। ਹੁਣ ਖੈਰ ਦੇ ਦਰੱਖਤ ਨੂੰ ਫੁੱਲ ਸੀਗਾ ਉੱਥੇ, ਬੱਲੂਆਂ ਖਤਰੇ ਪਿੰਡ ਪੈਂਦਾ ਮੋਹਾਲੀ ਦੇ ਵਿੱਚ, ਉੱਥੇ ਸ਼ਹਿਰ ਦੀਆਂ ਮੱਖੀਆਂ ਰੱਖੀਆਂ ਹੋਈਆਂ ਸੀਗੀਆਂ ਜੀ 5 ਬੰਦਿਆਂ ਨੇ ਜੀ। ਪਹਿਲਾਂ 70 ਸਾਲ ਦੇ ਵਿੱਚ ਵੀ ਕਦੇ ਇੰਨਾ ਸਾਨੂੰ ਬਾਰਿਸ਼ ਦਾ ਉੱਥੇ ਪਤਾ ਲੱਗਿਆ ਵੀ ਕਦੇ ਆਈਓ ਨਹੀਂ। ਅਸੀਂ ਉੱਚੀ ਜਗ੍ਹਾ 'ਤੇ ਮੱਖੀਆਂ ਰੱਖੀ ਹੋਈ ਸੀ, ਫਿਰ ਵੀ ਪਾਣੀ ਇਤਨੇ ਜ਼ੋਰ ਦਾ ਆਇਆ ਉੱਥੇ, ਜਾਂ ਤਾਂ ਸੀਸਮਾ ਡੈਮ ਦੇ ਵਿੱਚੋਂ ਪਾਣੀ ਆਇਆ ਆ ਉੱਥੇ, ਉਸ ਏਰੀਏ ਦੇ ਪਹਾੜਾਂ ਦਾ ਪਾਣੀ ਆਇਆ। ਸਾਡੇ 5 ਬੰਦਿਆਂ ਦੇ ਡੱਬੇ ਹੜਾ ਕੇ ਲੈ ਗਿਆ। ਮੇਰਾ ਤਾਂ ਨੁਕਸਾਨ ਖੈਰ ਇਹਨਾਂ ਨਾਲੋਂ ਘੱਟ ਹੋਇਆ, ਪਰ ਮੇਰੇ ਨਾਲ ਦੇ ਦਿਲਵਰ ਖਾਨ ਜੀ ਪਰਲੇ ਪਾਸੇ ਜੀ, ਜਸਵਿੰਦਰ ਸਿੰਘ ਹੈਪੀ ਜੀ, ਇਹ ਇੱਕ ਠਾਕਰਦਾਸ ਜੀ, ਉਹ ਪਹੁੰਚ ਨਹੀਂ ਸਕੇ ਹਿਸਾਰ, ਉਹ ਵੀ ਏਰੀਆ ਸਰਵੇ ਕਰਨ ਗਏ ਹੋਏ ਸਰੋਂ ਵਾਸਤੇ ਜੀ। ਤਾਂ ਇਹਨਾਂ ਦਾ ਬਿਲਕੁਲ ਧੰਦਾ ਹੀ ਚੌਪਟ ਹੋ ਗਏ, ਸਾਰੇ ਡੱਬੇ ਹੜ ਗਏ ਜੀ, ਮੇਰੇ ਘੱਟ ਹੜੇ ਹੈ। ਤੁਹਾਡੇ ਕਿੰਨੇ ਹੜੇ ਨੇ ਜੀ? 237 ਜੀ। ਅੱਛਾ ਜੀ। ਅਤੇ ਜਸਵਿੰਦਰ ਸਿੰਘ ਦੇ 252 ਜੀ, ਦਿਲਵਰ ਖਾਨ ਦੇ 317 ਜੀ, ਇਹਨਾਂ ਦੇ 83 ਡੱਬੇ ਹੜ ਗਏ ਜੀ, ਲੋਕੇਸ਼ ਦੇ ਜੀ, ਠਾਕਰਦਾਸ ਦੇ 152 ਡੱਬੇ ਹੜ ਗਏ। ਠੀਕ ਹੈ ਜੀ। ਕਿਉਂਕਿ ਇਹ ਡੱਬਾ ਦੇਖਣ ਨੂੰ ਭਾਜੀ ਪਤਾ ਨਹੀਂ ਲੱਗਦਾ ਕਿ, ਕਿਉਂਕਿ ਇਹ ਬਾਹਰੋਂ ਜਿਹਾ ਦੇਖੀਏ ਬੜਾ ਐਂ ਲੱਗਦਾ ਕਿ ਟੁੱਟਾ ਜਿਹਾ ਡੱਬਾ ਹੈ, ਕਿ ਇਸਦੇ ਵਿੱਚ ਕੀ ਹੋਣਾ। ਸੋ ਇਹਦੀ ਕੀਮਤ ਕਿੰਨੀ ਕੁ ਹੁੰਦੀ ਹੈ ਜਾਂ ਇਸ 'ਚੋਂ ਸ਼ਾਇਦ ਕਿਵੇਂ ਇਕੱਠਾ ਕਰਦੇ ਹੋ? ਤੁਸੀਂ ਆਪਣੇ ਘਰਾਂ 'ਚੋਂ ਉੱਠ ਕੇ ਮੋਹਾਲੀ ਜ਼ਿਲ੍ਹੇ ਦੇ ਵਿੱਚ, ਤੁਹਾਡੀ ਜ਼ਮੀਨ ਨਹੀਂ ਸੀ, ਤੁਸੀਂ ਉੱਥੇ ਡੱਬੇ ਕਿਵੇਂ ਕਿਉਂ ਰੱਖੇ ਸੀ, ਉਹ ਵੀ ਥੋੜ੍ਹਾ ਜਿਹਾ ਅਪਡੇਟ ਦਿਓ ਸੰਗਤਾਂ ਨੂੰ। ਫਲੋਰਾ ਹੁੰਦਾ ਭਾਜੀ ਉੱਥੇ ਅਸੀਂ ਲੈ ਜਾਂਦੇ ਹਾਂ ਬੱਚੇ। ਅੱਛਾ ਜੀ। ਫਲੋਰਾ ਹੁੰਦਾ ਉੱਥੇ ਲੈ ਜਾਂਦੇ ਜੀ, ਮੌਸਮ ਦੇ ਹਿਸਾਬ ਨਾਲ। ਮੌਸਮ ਦੇ ਹਿਸਾਬ ਨਾਲ, ਠੀਕ ਹੈ ਜੀ। ਅਤੇ ਜਿਵੇਂ ਵਿੱਚ ਬਕਸੇ ਦੇ ਵਿੱਚ 9 ਫਰੇਮ ਹੁੰਦੀ ਹੈ, 9 ਹੁੰਦੀ ਕਿ ਮੱਖੀ ਦੇ ਹਿਸਾਬ ਦੀ ਫਰੇਮ ਹੁੰਦੀ ਹੈ। ਅੱਛਾ ਜੀ। ਜਿਵੇਂ ਮੱਖੀ ਹੋਈ ਉਸ ਹਿਸਾਬ ਨਾਲ ਫਰੇਮ ਨਾਲ ਹੁੰਦੀ ਹੈ ਜਿਹੜਾ ਮੱਖੀ ਹੈ ਜੀ ਬਕਸੇ ਦੀ, ਇਹਦੇ ਵਿੱਚ ਮਤਲਬ ਇਸ ਦੀ ਉਹ ਕੀਮਤ ਹੈਗੀ ਹੈ ਜੀ। ਅੱਛਾ ਜੀ। ਡੱਬੇ ਤਾਂ ਟੁੱਟਦੇ ਰਹਿੰਦੇ ਆ, ਮਾਈਗ੍ਰੇਸ਼ਨ ਦੇ ਟਾਈਮ ਤੇ ਕੋਈ ਨਾ ਨਵਾਂ ਲੱਗ ਜਾਂਦਾ ਜੀ, ਕੋਈ ਚੱਕਰ ਨਹੀਂ। ਪਰ ਜਿਹੜੀ ਵਿੱਚ ਮੱਖੀ ਅਭੀ ਹੈਗੀ ਆ, ਇਸ ਦੀ ਕੀਮਤ ਹੈ ਸਾਰੀ ਮੱਖੀ ਔਰ ਫਰੇਮ। ਹਾਂਜੀ ਠੀਕ ਹੈ। ਇੱਥੋਂ ਸ਼ਾਇਦ ਇਕੱਠਾ ਕਰਕੇ ਤੇ ਫਿਰ ਸ਼ਾਇਦ ਇਕੱਠਾ ਕਰਦੇ ਆ ਜੀ, ਆ ਫਰੇਮ ਕੱਢਿਆ ਜਾ ਸਕਦਾ ਜੀ ਬਾਹਰ। ਸੰਗਤ ਜੀ, ਹੁਣ ਇਹ ਸਮੇਂ ਦੀ ਲੋੜ ਸੀ ਕਿ ਇਹਨਾਂ ਦਾ ਨੁਕਸਾਨ ਹੁਣ ਮੱਖੀਆਂ ਦੇ ਡੱਬਿਆਂ ਦਾ ਹੋਇਆ, ਚਾਹੇ ਕਿ ਇਹਨਾਂ ਦੀ ਆਪਣੀ ਜ਼ਮੀਨ ਵੀ ਨਹੀਂ ਸੀ, ਇਹ ਕਿੱਥੇ ਜਿੱਥੇ ਇਹਨਾਂ ਦਾ ਉਹ ਇਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਸੀਜ਼ਨ ਦੇ ਹਿਸਾਬ ਸਿਰ ਫਲੋਰ। ਅੱਛਾ ਜੀ। ਠੀਕ ਹੈ। ਇੱਕ ਡੱਬੇ ਦੇ ਵਿੱਚ ਕਿੰਨੀਆਂ ਕੁ ਮੱਖੀਆਂ ਹੁੰਦੀਆਂ, ਕਿੰਨਾ ਕੁ ਫਰੇਮ, ਕੀ ਫਰੇਮ ਦੇ ਹਿਸਾਬ ਸਿਰ ਹੁੰਦਾ ਜਾਂ 10,000 ਤੋਂ ਲੈ ਕੇ 80,000 ਤੱਕ ਮੱਖੀ ਹੁੰਦੀ ਹੈ ਇੱਕ ਡੱਬੇ ਇਹ ਜਿਵੇਂ ਇਹ ਮੱਖੀ ਟਾਇਟ ਇਹਦੇ ਵਿੱਚ। ਅੱਛਾ ਜੀ। ਅੱਛਾ ਜੀ। ਇੱਕ ਇਹਦੀ ਕੋਈ ਨਸਲ ਵੀ ਹੈ ਜਾਂ ਇਹਦੀ ਕੀਮਤ ਵੀ ਨਸਲ ਦੇ? ਹਾਂਜੀ ਇਟਾਲੀਅਨ ਜੀ। ਇਟਾਲੀਅਨ ਮੱਖੀ ਬੋਲਦੇ ਆ। ਠੀਕ ਹੈ ਜੀ। ਠੀਕ ਹੈ ਠੀਕ ਹੈ। ਸੋ ਇਹਨਾਂ ਦਾ ਹੁਣ ਜਿਹੜਾ ਨੁਕਸਾਨ ਸੀਗਾ, ਨਾ ਹੀ ਇਹਨਾਂ ਦਾ ਜ਼ਮੀਨ ਦਾ ਨੁਕਸਾਨ ਸੀ, ਨਾ ਹੀ ਇਹਨਾਂ ਦਾ ਪਸ਼ੂਆਂ ਦਾ ਨੁਕਸਾਨ ਸੀ, ਪਰ ਇਹਨਾਂ ਜਿਹੜਾ ਨੁਕਸਾਨ ਸੀ ਇਹ ਡੱਬੇ ਇਹਨਾਂ ਨੇ, ਜਿਵੇਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਇਹ ਡੱਬੇ ਰੱਖੇ ਹੁੰਦੇ ਨੇ,
ਖੁੱਲ੍ਹੀ ਜਗ੍ਹਾ ਦੇ ਉੱਤੇ ਜਿੱਥੇ ਇਹਨਾਂ ਨੂੰ ਪਤਾ ਲੱਗਦਾ ਕਿ ਫਲੋਰਾ ਪਿਆ, ਉੱਥੋਂ ਸ਼ਹਿਦ ਇਕੱਠਾ ਕਰਦੀਆਂ ਮੱਖੀਆਂ। ਅਤੇ ਐਵੇਂ ਹੀ ਡੱਬੇ ਜਦੋਂ ਹੜ੍ਹ ਆਇਆ, ਪਾਣੀ ਆਇਆ, ਅਤੇ ਨਾਲ ਹੀ ਇਹਨਾਂ ਦੇ ਜਿਹੜੇ ਡੱਬੇ ਨੇ ਉਹ ਹੜ੍ਹ ਗਏ। ਅਤੇ ਜਦੋਂ ਸਾਨੂੰ ਪਤਾ ਲੱਗਿਆ, ਸਾਨੂੰ ਵੀ ਸਮਝ ਨਹੀਂ ਆਈ ਕਿ ਕਿਵੇਂ ਇਹਨਾਂ ਦੀ ਸਪੋਰਟ ਹੈ ਜਿਹੜੀ ਉਹ ਕੀਤੀ ਜਾਵੇ, ਕਿਉਂਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਦੁਧਾਰੂ ਪਸ਼ੂਆਂ ਦਾ ਜਿਹੜਾ ਪ੍ਰੋਜੈਕਟ ਸੀ ਉਹ ਕਰ ਰਹੇ ਸੀ, ਅਤੇ ਨਾਲ ਹੀ ਸਾਡਾ ਜਿਹੜਾ ਪ੍ਰੋਜੈਕਟ ਘਰ ਬਣਾਉਣ ਦਾ ਸੀ ਉਹ ਚੱਲ ਰਿਹਾ ਸੀ, DAP ਵੰਡਣ ਦਾ ਚੱਲ ਰਿਹਾ ਸੀ। ਪਰ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਤੁਸੀਂ ਦਸਵੰਧ ਭੇਜਿਆ ਅੱਜ, ਕਿੰਨੇ ਡੱਬੇ ਭਾਈ ਸਾਹਿਬ ਤੁਹਾਨੂੰ ਅੱਜ ਮਿਲ ਰਹੇ ਨੇ ਜੀ? 70 ਡੱਬੇ ਮਿਲ ਰਹੇ ਜੀ। ਅੱਛਾ ਜੀ, ਨਹੀਂ ਤੁਹਾਡੇ ਅਲੱਗ ਅਲੱਗ ਤੁਹਾਨੂੰ ਕਿੰਨੇ ਮਿਲ? ਮੈਨੂੰ 80 ਮਿਲ ਰਹੇ। 80 ਮਿਲ ਰਹੇ ਜੀ ਤੁਹਾਨੂੰ ਜੀ? ਮੈਨੂੰ 34 ਦੇ 34-35 ਮਿਲ ਰਹੇ। ਠੀਕ ਹੈ ਜੀ। ਤੁਹਾਡੇ ਜੀ? 21 ਤੁਹਾਡੇ ਜੀ? 88 ਡੱਬੇ ਨੇ ਜੀ ਤੁਹਾਡੇ। ਠੀਕ, ਤੁਹਾਡਾ ਕੀ ਨਾਮ ਹੈ? ਠੀਕ ਹੈ ਜੀ। ਤੁਹਾਡੇ ਤੁਸੀਂ ਵੀ ਉੱਥੇ ਹੀ ਲਗਾਏ ਹੋਏ ਸੀ ਕੁਛ? ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਹੈ। ਸੋ ਆਹ ਡੱਬੇ, ਕੁਛ ਡੱਬੇ ਸਾਡੇ ਉੱਥੇ ਵੀ ਪਏ ਨੇ। ਸੋ ਅਲੱਗ ਅਲੱਗ ਥਾਵਾਂ ਦੇ ਉੱਤੇ ਡੱਬੇ ਰੱਖੇ ਹੁੰਦੇ ਨੇ, ਅਤੇ ਅੱਜ ਜਿਹੜੀ ਇਹਨਾਂ ਦੀ ਡਿਸਟ੍ਰੀਬਿਊਸ਼ਨ ਹੈ ਇਹਨਾਂ ਨੂੰ ਆਪਣੇ। ਹੁਣ ਤੁਸੀਂ ਕਿੱਥੇ ਰੱਖਣੇ ਨੇ ਜੀ ਜਾ ਕੇ? ਅੱਛਾ ਜੀ, ਅੱਛਾ ਜੀ, ਜਿੱਥੇ ਸਾਨੂੰ ਜਗ੍ਹਾ ਮਿਲੂਗੀ ਉੱਥੇ ਰੱਖਣੇ। ਜਿੱਥੇ ਫੁੱਲ ਪਹਿਲਾਂ ਚੱਲ ਗਏ ਜੀ, ਫਲੋਰਾ ਫੁੱਲ ਸਰੋਂ ਦਾ ਫੁੱਲ ਚੱਲਣਾ ਹੁਣ ਜੀ ਨਵੰਬਰ ਦੇ ਵਿੱਚ ਜੀ। ਠੀਕ ਹੈ ਜੀ, ਉੱਥੇ ਲੈ ਜਾਂਗੇ ਜੀ। ਯੂਪੀ 'ਚ ਪਹਿਲਾਂ ਸ਼ੁਰੂ, ਅਸੀਂ ਤਾਂ ਯੂਪੀ ਲੈ ਕੇ ਚੱਲੇ ਹਾਂ ਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਹੈ। ਇਹ ਵੀ ਦਿਲਵਰ ਖਾਨ ਵੀ ਸ਼ਾਇਦ ਯੂਪੀ ਜਾਣਗੇ। ਠੀਕ ਹੈ। ਤੁਸੀਂ ਸੰਗਤਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਕਿਉਂਕਿ ਕਿੰਨੀ ਕੁ ਕੀਮਤ ਹੈ ਜੀ ਇੱਕ ਡੱਬੇ ਦੀ? 2500। ਅੱਛਾ ਜੀ। ਸੋ ਜਿਵੇਂ 2500 ਤੋਂ 3000 ਤੱਕ ਇੱਕ ਡੱਬਾ ਜਿਹੜਾ ਸੰਗਤ ਜੀ ਆ ਕੋਸਟ ਕਰਦਾ, ਪਰ ਤੁਸੀਂ ਜਿਹੜਾ ਦਸਵੰਧ ਦਿੱਤਾ, ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਅੱਜ ਜਿੰਨੇ ਜਿੰਨੇ ਵੀ, ਚਾਹੇ ਇਹਨਾਂ ਦਾ 100 ਡੱਬਿਆਂ ਦਾ ਨੁਕਸਾਨ ਹੈ, ਪਰ ਅਸੀਂ ਜਿੰਨਾ ਪਰਸੈਂਟੇਜ ਦੇ ਹਿਸਾਬ ਸਿਰ ਉਹਨਾਂ ਨੂੰ ਇਹ ਮੱਖੀਆਂ ਦੇ ਡੱਬੇ ਜਿਹੜੇ ਅੱਜ ਪ੍ਰੋਵਾਈਡ ਕਰ ਰਹੇ ਹਾਂ। ਅਤੇ ਲਾਈਵ ਕਰਨ ਦਾ ਮਕਸਦ ਸਿਰਫ ਇੱਕੋ ਇੱਕ ਇਹੀ ਹੈ ਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਇੱਕ ਇੱਕ ਡੋਨੇਸ਼ਨ ਹੈ ਉਹ ਕਿਹੜੇ ਕਾਰਜਾਂ ਦੇ ਵਿੱਚ ਲੱਗ ਰਹੀ ਹੈ। ਚਾਹੇ ਕਿਸੇ ਦਾ ਕੋਈ ਸਪੈਸ਼ਲ ਕੇਸ ਵੀ ਸਾਡੇ ਕੋਲ ਆਉਂਦਾ, ਚਾਹੇ ਉਹ ਵਿਆਹ ਦਾ, ਚਾਹੇ ਉਹ ਪੜ੍ਹਾਈ ਦਾ, ਚਾਹੇ ਉਹ ਮੈਡੀਕਲ ਟ੍ਰੀਟਮੈਂਟ ਦੇ ਬਹੁਤ ਕੇਸ ਆ ਰਹੇ ਨੇ, ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸਲ ਉਹਨਾਂ ਦੀ ਮਰ ਗਈ, ਪੈਸੇ ਉਹਨਾਂ ਕੋਲ ਹੈ ਨਹੀਂ ਅਤੇ ਉਹ ਇਲਾਜ ਵੀ ਨਹੀਂ ਕਰਵਾ ਪਾ ਰਹੇ। ਸੋ ਇੱਦਾਂ ਹੀ ਜਦੋਂ ਇਹ ਪ੍ਰੋਜੈਕਟ ਦਾ ਪਤਾ ਲੱਗਿਆ, ਇਹਨਾਂ ਦੇ ਨੁਕਸਾਨ ਦਾ ਪਤਾ ਲੱਗਿਆ, ਤਾਂ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਡੱਬੇ ਨੇ ਇਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ। ਸੰਗਤਾਂ ਲਈ ਕੋਈ ਸੁਨੇਹਾ ਜੀ ਤੁਸੀਂ ਦੇਣਾ ਚਾਹੁੰਦੇ ਹੋ ਤਾਂ? ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਡੁੱਬੇ ਹੋਇਆਂ ਨੂੰ ਤੁਸੀਂ ਸਹਾਰਾ ਦੇਤਾ ਜੀ। ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਉਹਨਾਂ ਸੰਗਤਾਂ ਦੇ ਜਿਹੜੇ ਤੁਹਾਨੂੰ ਡੋਨੇਸ਼ਨ ਦੇ ਰਹੇ ਹਾਂ ਜੀ। ਅਸੀਂ ਵੀ ਅੱਗੇ ਤੋਂ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਹਿੱਸਾ ਤੁਹਾਨੂੰ ਜ਼ਰੂਰ ਬਾਕੀ ਆਪਣਾ ਦਸਵੰਧ ਕੱਢ ਕੇ ਦੇਵਾਂਗੇ ਤੁਹਾਨੂੰ ਜੀ। ਬਾਕੀ ਜਿੰਨੇ ਵੀ ਕੀਪਰ ਹੈ ਸਾਰਿਆਂ ਕੋਲੋਂ, ਇਹ ਨਹੀਂ ਅਸੀਂ 5 ਬੰਦੇ ਨਹੀਂ, ਪੰਜਾਬ ਦੇ 30,000 ਵੀ ਕੀਪਰ ਹੈ ਉਹਨਾਂ ਵੱਲੋਂ ਵੀ ਤੁਹਾਨੂੰ ਕੁਛ ਨਾ ਕੁਛ ਸਹਿਯੋਗ ਜ਼ਰੂਰ ਜ਼ਰੂਰ ਚਲੋ ਜੀ, ਉਹਨਾਂ ਨੂੰ ਵੀ ਟਾਈਅਪ ਤੁਹਾਡੇ ਨਾਲ ਕਰਵਾਵਾਂਗੇ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ। ਤੁਹਾਡੇ ਵੱਲੋਂ ਭਾਅ ਜੀ ਕੋਈ ਸੁਨੇਹਾ ਜੀ? ਭਾਅ ਜੀ ਸਾਡੇ ਵੱਲ ਬਹੁਤ ਬਹੁਤ ਧੰਨਵਾਦ ਜੀ ਘਰ ਸਾਈਡ ਦਾ ਜੀ, ਸਾਨੂੰ ਜਿਹੜਾ ਡੁੱਬਦੇ ਉਹਨਾਂ ਨੂੰ ਬਚਾਇਆ ਜਾਂਦੀ ਬਹੁਤ ਬਹੁਤ, ਨਹੀਂ ਤਾਂ ਕੰਮ ਬੰਦ ਕਰਨ ਦੀ ਕਗਾਰ ਤੇ ਪਹੁੰਚ ਚੁੱਕੇ ਸੀਗੇ ਅਸੀਂ ਜੀ। ਅੱਛਾ ਜੀ। ਬਾਕੀ ਪਹਿਲਾਂ ਵੀ 30,000 ਡੱਬਾ ਮਾਰਚ ਦੇ ਵਿੱਚ ਸਾਡੇ ਬੀ ਕੀਪਰ ਸਾਥੀਆਂ ਦਾ ਹੜ੍ਹ ਚੁੱਕਿਆ ਜੀ, ਉਹਨਾਂ ਨੂੰ ਖਾਲਸਾ ਏਡ ਬਾਰੇ ਜਾਣਕਾਰੀ ਸੀ, ਅਸੀਂ ਸਰਕਾਰ ਕੋਲ ਪਹੁੰਚ ਕੀਤੀ ਪਰ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ। ਹੁਣ ਵੀ ਅਸੀਂ ਮੋਹਾਲੀ DC ਦਫ਼ਤਰ 'ਚ ਜਾ ਕੇ ਐਪਲੀਕੇਸ਼ਨ ਦੇ ਕੇ ਆਏ ਹੋਈ ਹੈ ਜੀ,
ਪਰ ਕੋਈ ਸਾਡੇ ਸਰਵੇ ਨਹੀਂ ਕਰਕੇ ਆਇਆ, ਕੋਈ ਸਰਵੇ ਨਹੀਂ ਹੋਇਆ, ਕੋਈ ਉੱਥੋਂ ਮਤਲਬ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਕੋਈ ਸੁਣਵਾਈ, ਕੋਈ ਮਤਲਬ ਤੁਹਾਡੀ ਕਾਗਜ਼ੀ ਕਾਰਵਾਈ ਕੋਈ ਬਿਲਕੁਲ ਸਰਵੇ ਵੀ ਸਾਨੂੰ ਕਿਸੇ ਨੇ ਉੱਥੇ ਮਤਲਬ ਕੋਈ ਸੁਨੇਹਾ ਵੀ ਲੱਗਿਆ ਵੀ ਜਾਂ ਤੁਸੀਂ ਕੀ ਹੋਇਆ ਜਾਂ ਦੁਬਾਰਾ ਆਓ ਜਾਂ ਅਸੀਂ ਆਨੇ ਆ, ਇਹੋ ਜਿਹਾ ਕੁਛ ਨਹੀਂ ਹੋਇਆ। ਜਿਵੇਂ ਜਗ੍ਹਾ ਦੀ ਜਿਵੇਂ ਖੇਤੀਬਾੜੀ ਜਿਹਨਾਂ ਨੁਕਸਾਨ ਹੈ ਪਟਵਾਰੀ ਆ ਕੇ ਕਰਦਾ, ਅੱਛਾ ਜੀ ਅੱਛਾ ਜੀ, ਤੁਹਾਡੇ ਕਿੰਨੀ ਤਰੀਕ ਆਇਆ ਸੀ ਜੀ ਪਾਣੀ? 18 ਅਗਸਤ, ਅੱਜ 2 ਮਹੀਨੇ ਹੋ ਚੱਲੇ ਨੇ ਜੀ। ਖਾਲਸਾ ਏਡ ਵਾਲਿਆਂ ਨਾਲ ਜਦੋਂ ਸਾਡਾ ਸੰਪਰਕ ਹੋਇਆ ਇਹ ਤੀਸਰੇ ਦਿਨ ਉੱਥੇ ਪਹੁੰਚ ਗਏ ਜੀ। ਹਾਂਜੀ, ਅਸੀਂ ਉਹ ਨਾਲ ਅਸੈਸਮੈਂਟ ਕਰਦੇ ਪਏ ਸੀਗੇ ਪਿੰਡ ਦੇ ਵਿੱਚ ਜਦੋਂ ਪਤਾ ਲੱਗਿਆ ਸੀ ਸਾਨੂੰ, ਤੇ ਚਲੋ ਜੋ ਸੰਗਤਾਂ ਦੇ ਔਨ ਦੀ ਸਪੋਟ ਟਾਈਮ ਤੇ ਪਹੁੰਚ ਰਹੇ ਹੈ। ਚਲੋ ਠੀਕ ਹੈ। ਸੋ ਸੰਗਤ ਜੀ, ਇਹ ਜਿਹੜਾ ਕਾਰਜ ਹੈ ਤੁਹਾਡੇ ਸਹਿਯੋਗ ਦੇ ਨਾਲ ਸੰਗਤਾਂ ਦੀ ਸਪੋਰਟ ਦੇ ਨਾਲ ਕੀਤੇ ਜਾ ਰਹੇ ਨੇ। ਸੋ ਅੱਜ ਇਹ ਸਾਰੇ ਪਰਿਵਾਰਾਂ ਨੂੰ, ਇਹ ਸਾਰੇ ਚਾਹੇ ਇਹ 5 ਹੀ ਪਰਿਵਾਰ ਨੇ, ਪਰ ਕੋਸ਼ਿਸ਼ ਸਾਡੀ ਇਹੀ ਹੈ ਕਿ ਕੱਲ੍ਹ ਅੱਜ ਅਸੀਂ ਚਾਹੇ ਇਹਨਾਂ ਨੂੰ ਰਾਸ਼ਨ ਪਾਣੀ ਦੇ ਦਈਏ ਜਾਂ ਹੋਰ ਕੋਈ ਮਦਦ ਕਰ ਦਈਏ, ਉਸ ਮਦਦ ਦਾ ਇਹਨਾਂ ਨੂੰ ਨਾ ਹੀ ਕੋਈ ਲਾਭ ਹੈ ਅਤੇ ਉਹ ਫੋਰ ਅ ਟਾਈਮ ਬੀਇੰਗ ਹੈ। ਬਟ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਦੁਆਰ ਤੋਂ ਜੋ ਇਹਨਾਂ ਦਾ ਰੁਜ਼ਗਾਰ ਹੈ ਉਸ ਦੇ ਲਈ ਸਪੋਰਟ ਕੀਤਾ ਜਾਵੇ। ਅਸੀਂ ਨਾ ਹੀ ਉਰੇ ਕੋਈ ਦਾਨ ਪੁੰਨ ਕਰ ਰਹੇ ਹਾਂ, ਬਟ ਅਸੀਂ ਸਿਰਫ ਸਹਿਯੋਗ ਦੇ ਰਹੇ ਹਾਂ ਤਾਂ ਜੋ ਸਾਡੇ ਭਰਾ ਸਾਡੇ ਜੋ ਜਿਹੜੇ ਜਿਹਦਾ ਨੁਕਸਾਨ ਹੋਇਆ, ਕੱਲ੍ਹ ਨੂੰ ਸ਼ਾਇਦ ਸਾਡਾ ਵੀ ਕੋਈ ਨੁਕਸਾਨ ਹੋ ਸਕਦਾ, ਕੁਦਰਤੀ ਆਫਤ ਕਦੇ ਵੀ ਕਿਸੇ 'ਤੇ ਵੀ ਆ ਸਕਦੀ ਹੈ, ਅਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਸਾਨੂੰ ਮੌਕਾ ਮਿਲਿਆ ਕਿ ਅਸੀਂ ਉਹ ਸੇਵਾ, ਉਹ ਇਨਸਾਨੀਅਤ ਦਾ ਸੁਨੇਹਾ, ਉਹ ਪਿਆਰ ਦਾ ਸੁਨੇਹਾ ਅਸੀਂ ਵੰਡ ਸਕੀਏ। ਅਤੇ ਅੱਜ ਇਹ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੀ ਆਹ ਡੋਨੇਸ਼ਨ ਆ, ਅੱਜ ਜਿਹੜੇ ਬਕਸੇ ਨੇ ਇਹਨਾਂ ਨੂੰ ਜਿਹੜੇ ਮੁਹੱਈਆ ਕਰਵਾਏ ਜਾ ਰਹੇ ਨੇ। ਮੈਂ ਫਿਰ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।